ਸਿਗਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਬਲੌਗ ਦ ਅਨਨੋਨਸ ਤੇ ਅੱਜ ਅਸੀਂ ਚੱਲੇ ਆ ਵਿਆਹ ਤੇ ਪਰ ਉਸ ਤੋਂ ਪਹਿਲਾਂ ਮੈਂ ਡੈਂਟਿਸਟ ਕੋਲੇ ਜਾਣਾ ਹੈ ਮੇਰੀ ਅਪਾਇੰਟਮੈਂਟ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਪਹਿਲਾਂ ਮੈਂ ਇੱਕ ਫਰੈਂਡ ਨੂੰ ਚੱਕਣ ਲੁਧਿਆਣੇ ਜਾਣਾ ਐਂਡ ਉਸ ਤੋਂ ਬਾਅਦ ਅਸੀਂ ਜਾਣਾ ਬਠਿੰਡੇ ਕਿਉਂਕਿ ਜਿਹੜੀ ਮੈਰਿਜ ਆ ਬਠਿੰਡੇ ਹੈ ਬਾਕੀ ਹੁਣ ਮੈਂ ਤੁਹਾਨੂੰ ਸਾਰਾ ਰਸਤਾ ਐਂਡ ਆਲ ਦਿਖਾਵਾਂਗਾ ਕਿਵੇਂ ਰਿਹਾ ਸਫ਼ਰ ਸਾਡਾ ਤੇ ਕਿਵੇਂ ਰਹੀ ਵੈਡਿੰਗ ਹਾਂਜੀ ਸੋ ਗਾਇਜ਼ ਆਫਟਰ ਡੈਂਟਿਸਟ ਹੁਣ ਹੋ ਗਿਆ ਡੈਂਟਿਸਟ ਵਾਲੀ ਅਪੁਆਇੰਟਮੈਂਟ ਡਨ ਅਤੇ ਉਹਨਾਂ ਨੇ ਦੰਦ ਦੀ ਕੈਪਿੰਗ ਕਰਤੀ ਜਿਹੜੀ ਕਰਨੀ ਸੀਗੀ ਅਤੇ ਹੁਣ ਫਿਰ ਮੈਂ ਲੁਧਿਆਣੇ ਚੱਲਿਆ ਆਪਣੇ ਫਰੈਂਡਸ ਕੋਲ ਅਮਨ ਮੁਲਤਾਨੀ ਜਿਹੜਾ ਮੈਂ ਆਲਮੋਸਟ 10 ਤੋਂ ਜ਼ਿਆਦਾ ਸਾਲਾਂ ਤੋਂ ਅਸੀਂ ਦੋਸਤ ਹਾਂ ਅਤੇ ਉਹਨੂੰ ਪਿੱਕ ਕਰਕੇ ਫਿਰ ਅਸੀਂ ਜਾਵਾਂਗੇ ਬਠਿੰਡੇ ਨੂੰ ਪਰ ਹੁਣ ਮੈਂ ਪਹਿਲਾਂ ਉਹਦੇ ਕੋਲ ਲੁਧਿਆਣੇ ਚੱਲਿਆ ਉਹਨੂੰ ਪਿੱਕ ਕਰਨ ਹਾਂਜੀ ਫਿਰ ਹੁਣ ਮੈਂ ਲੁਧਿਆਣੇ ਪਹੁੰਚ ਗਿਆ ਸੀਗਾ ਦੋਨੋਂ ਦੋਸਤਾਂ ਨੂੰ ਚੱਕਣ ਇਹ ਪ੍ਰਿਆਸ ਮਿਲੋ ਤੇ ਆ ਅਮਨ ਮੁਲਤਾਨੀ ਪ੍ਰਿਆਸ ਇੱਥੇ ਹੀ ਰਹਿੰਦਾ ਅਤੇ ਇਹਨੂੰ ਆਲਮੋਸਟ ਮੈਂ ਤਾਂ 5-6 ਸਾਲਾਂ ਬਾਅਦ ਮਿਲ ਰਿਹਾ ਅਮਨ ਤੁਹਾਡੇ ਨਾਲ ਹੀ ਰਹਿੰਦਾ ਉੱਥੇ ਡਿਸਕਸ਼ਨ ਬਾਅਦ ਫਿਰ ਅਸੀਂ ਫਾਈਨਲਾਈਜ਼ ਕੀਤਾ ਕਿ ਮਲੇਰਕੋਟਲੇ ਵੱਲੋਂ ਚੱਲੀਏ ਪਹਿਲਾਂ ਅਸੀਂ ਡਿਸਾਈਡ ਕਰ ਰਹੇ ਸੀ ਕਿ ਮਲੇਰਕੋਟਲੇ ਵੱਲੋਂ ਚੱਲੀਏ ਕਿ ਵਾਪਸ ਪਟਿਆਲੇ ਹੋ ਕੇ ਚੱਲੀਏ ਬਟ ਫਿਰ ਹੁਣ ਅਸੀਂ ਇਹੀ ਡਿਸਾਈਡ ਕੀਤਾ ਕਿ ਮਲੇਰਕੋਟਲੇ ਵੱਲੋਂ ਚੱਲਦੇ ਹਾਂ ਅਤੇ ਉਹ ਜ਼ਿਆਦਾ ਈਜ਼ੀ ਰਾਹ ਪਏਗਾ ਜਿਹਦੇ ਬੜੀ ਮੁਸ਼ਕਲ ਬਾਅਦ ਅਸੀਂ ਪਹੁੰਚੇ ਹਾਂ ਬਠਿੰਡਾ ਚੰਡੀਗੜ੍ਹ ਬਠਿੰਡਾ ਹਾਈਵੇ 'ਤੇ ਪਹਿਲਾਂ ਤਾਂ ਐਵੇਂ ਧੱਕੇ ਧੁੱਕੇ ਖਾਂਦੇ ਰਹੇ ਮਲੇਰਕੋਟਲੇ ਵਾਲਾ ਡਿਸੀਜ਼ਨ ਨਹੀਂ ਸਹੀ ਸੀਗਾ ਉਹ ਤਾਂ ਬਿਲਕੁਲ ਹੀ ਛੋਟੀਆਂ ਛੋਟੀਆਂ ਸੜਕਾਂ ਅਤੇ ਬੁਰਾ ਹਾਲ ਹੁਣ ਮਾੜੀ ਜਿਹੀ ਸੜਕ ਦੇਖਣ ਨੂੰ ਮਿਲੀ ਹੈ ਅਤੇ ਫਾਈਨਲੀ ਹੁਣ ਆਲਮੋਸਟ ਬਠਿੰਡਾ ਪਹੁੰਚਣ ਵਾਲੇ ਹਾਂ ਅਤੇ ਇਹੋ ਜਿਹੀਆਂ ਸੜਕਾਂ ਚਾਹੀਦੀਆਂ ਸੀਗੀਆਂ ਜਿਹਨਾਂ ਦੇ ਪਤਾ ਵੀ ਲੱਗੇ ਭੈਣ ਬੰਦਾ ਜਾ ਰਿਹਾ ਪਹਿਲਾਂ ਤਾਂ ਸੜਕਾਂ ਐਂ ਲੱਗ ਰਹੀਆਂ ਸੀ ਅਤੇ ਅਸੀਂ ਪਿੰਡਾਂ 'ਚ ਹੀ ਜਾ ਰਹੇ ਹਾਂ ਫਿਰ ਹੁਣ ਅਸੀਂ ਬਠਿੰਡੇ ਪਹੁੰਚ ਗਏ ਹਾਂ ਅਤੇ ਇੱਥੇ ਆ ਕੇ ਅਸੀਂ ਹੋਰ ਆਪਣੇ ਪੁਰਾਣੇ ਯਾਰ ਦੋਸਤ ਨੂੰ ਮਿਲੇ ਜਾਣਾ ਬਰਾੜ ਹੈ ਇਹ ਵੀ ਸਾਡੇ ਨਾਲ ਕਾਲਜ 'ਚ ਹੀ ਪੜ੍ਹਦਾ ਹੁੰਦਾ ਸੀਗਾ ਇਹਨੂੰ ਵੀ ਆਲਮੋਸਟ ਬਾਹਰ ਵੀ ਸਾਡੇ ਨਾਲ ਹੀ ਰਹਿੰਦਾ ਅਤੇ ਹੁਣ ਅਸੀਂ ਬਸ ਪੀਪ ਦਾ ਸਮਾਨ ਫੜ ਕੇ ਦੀਪ ਦੇ ਘਰੇ ਚੱਲੇ ਹਾਂ ਆਊਟਫਿਟ ਵੀ ਦਿਖਾਉਂਦੇ ਅੰਦਰ ਜਾ ਕੇ ਸਾਰਿਆਂ ਜਾਣਿਆਂ ਦੀ ਵਾਪਸ ਆ ਗਏ ਹਾਂ ਬਰਾੜ ਦੇ ਘਰ ਅਤੇ ਹੁਣ ਅਸੀਂ ਇੱਥੇ ਹੀ ਸੋਵਾਂਗੇ ਕੱਲ੍ਹ ਸਵੇਰੇ ਫਿਰ ਇੱਥੇ ਹੀ ਤਿਆਰ ਹੋ ਕੇ ਇੱਥੋਂ ਹੀ ਚੱਲਾਂਗੇ ਅਸੀਂ ਫਿਰ ਵਿਆਹ 'ਤੇ ਫਿਰ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਰਾਤ ਥੋੜ੍ਹਾ ਜ਼ਿਆਦਾ ਹੀ ਲੇਟ ਹੋ ਗਏ ਸੀਗੇ ਇਸ ਕਰਕੇ ਹੁਣ ਥੋੜ੍ਹਾ ਲੇਟ ਹੀ ਤਿਆਰ ਹੋਏ ਹਾਂ ਪਰ ਅਸੀਂ ਤਿਆਰ ਹੋ ਗਏ ਹਾਂ ਦੀਪ ਦੇ ਵਿਆਹ ਦੀ ਆਲਰੇਡੀ ਤਿਆਰੀ ਕਰ ਲਈ ਹੈ ਬਾਕੀ 2 ਜਣੇ ਹੋਰ ਆ ਰਹੇ ਹਾਂ ਜਿਹੜੇ ਨਾਲ ਦੇ ਸੀਗੇ ਅਤੇ ਬਸ ਅਸੀਂ ਗੱਡੀਆਂ 'ਤੇ ਫੁੱਲ ਫਲ ਲਵਾ ਲਏ ਹਾਂ ਅਤੇ ਹੁਣ ਤਿਆਰੀ ਹੈ ਹੁਣ ਇਸ ਤੋਂ ਅੱਗੇ ਸਿੱਧਾ ਉਹਦੇ ਵਿਆਹ 'ਤੇ ਹੀ ਜਾਵਾਂਗੇ ਅਤੇ ਉੱਥੇ ਦਿਖਾਉਂਦੇ ਹਾਂ ਹਾਂਜੀ ਅਤੇ ਫਾਈਨਲੀ ਦੀਪ ਦੇ ਆਨੰਦ ਕਾਰਜ ਤੋਂ ਬਾਅਦ ਹੁਣ ਅਸੀਂ ਪੈਲੇਸ ਵੱਲ ਚੱਲੇ ਹਾਂ ਹੋਰ ਫਿਰ ਬਰਾੜ ਜੀ ਤੁਹਾਨੂੰ ਵੀ ਹੁਣ ਆ ਹੀ ਰਿਹਾ ਵਿਆਹ ਕਿਵੇਂ ਦਾ ਫੀਲ ਹੋ ਰਿਹਾ ਹੋਰ ਅਗਲੇ ਹਫ਼ਤੇ ਤੱਕ ਉਹਦੀ ਵੀ ਐਵੇਂ ਕਿਉਂ ਬਾਈ ਐਕਸਾਈਟਮੈਂਟ ਨਹੀਂ ਇਹ ਇੰਜੋਇਮੈਂਟ ਖਤਮ ਹੋਣ ਲੱਗੀ ਹੈ ਲਾਈਫ ਦੀ
ਹਾਂਜੀ ਫਿਰ ਫਾਈਨਲੀ ਵਿਆਹ ਤੋਂ ਬਾਅਦ ਹੁਣ ਅਸੀਂ ਇੱਥੇ ਆਲਮੋਸਟ 7 ਵੱਜ ਗਏ। ਇੰਨੀ ਦੇਰ ਲੇਟ ਡੋਲੀ ਕਰਤੀ ਉਹਨਾਂ ਨੇ, ਪਰ ਹੁਣ ਇਸ ਟਾਈਮ ਮੈਂ ਪਟਿਆਲੇ ਚੱਲਿਆ ਅਤੇ ਬਾਕੀ ਸਾਰੇ ਮੁੰਡੇ ਪਟਿਆਲੇ ਹੀ ਆ ਰਹੇ ਹਾਂ। ਅਤੇ ਤੁਹਾਨੂੰ ਮਿਲਾਂਗੇ ਫਿਰ, ਅੱਜ ਦਾ ਵਿਆਹ ਦਾ ਵਲੋਗ ਇੱਥੇ ਹੀ ਖਤਮ ਕਰਦੇ ਹਾਂ ਅਤੇ ਅਗਲੇ ਵਲੋਗ 'ਚ ਮਿਲਾਂਗੇ। ਥੈਂਕ ਯੂ ਸੋ ਮੱਚ, ਪਲੀਜ਼ ਸਬਸਕ੍ਰਾਈਬ।